ਮਤਲਬ ਹਰ ਮਹੀਨੇ ਬਾਅਦ ਕੋਈ ਇੰਡੀਆ ਤੋਂ ਆਉਂਦਾ, ਕੋਈ ਇੰਗਲੈਂਡ ਤੋਂ ਆਉਂਦਾ, ਕੋਈ ਕਿੱਥੋਂ ਆਉਂਦਾ, ਕੋਈ ਕਿੱਥੋਂ ਆਉਂਦਾ, ਕੋਈ ਸਿੰਧ ਤੋਂ ਆਉਂਦਾ, ਪਾਕਿਸਤਾਨ ਦੇ ਹਰ ਮੁਲਕ ਚੋਂ ਮਤਲਬ ਕੋਈ ਨਾ ਕੋਈ ਆਉਂਦਾ ਰਹਿੰਦਾ। ਜਿਹੜੀ ਹੈ ਆਪਣੀ ਛੋਟੀ ਜਿਹੀ ਇੱਕ ਸਟਾਲ ਲਾਈ ਹੋਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ, ਜਿੰਨੇ ਵੀ ਪੰਜਾਬ ਤੋਂ ਸ਼ਰਧਾਲੂ ਸਿੱਖ ਸੰਗਤ ਆਏ ਹੋਏ ਨੇ ਉਹ ਇੱਥੇ ਆ ਕੇ ਇਹਨਾਂ ਤੋਂ ਇਹ ਛੱਕ ਰਹੇ ਨੇ। ਤੁਸੀਂ ਇੱਥੇ ਕਿੰਨੇ ਟਾਈਮ ਤੋਂ ਰਹਿ ਰਹੇ ਹੋ? ਅਸੀਂ ਤਾਂ ਆਪਾਂ ਇੱਧਰ ਆਪੀ 2-3 ਸਾਲ ਹੋ ਗਏ ਇੱਧਰ ਆਏ ਨਾ, ਔਰ ਪਿਛਲੇ ਪਹਿਲੇ ਪਿਸ਼ਾਵਰ ਮੇਂ ਤੇ ਅੱਛਾ ਉਹ ਵੀ ਹਮ ਇੱਧਰ ਸ਼ਿਫਟ ਹੋ ਗਏ ਹੈਂ, ਉਹ ਬਸ ਇੱਧਰ ਹੀ ਕੰਮ ਵੀ ਕਰਦੇ ਔਰ ਉੱਪਰ ਹਮਾਰਾ ਸਟੋਰ ਵੀ ਹੈ, ਕਰਿਆਨਾ ਸਟੋਰ ਹੈ। ਓਕੇ, ਦਿਨ ਉਹ ਕਰਦੇ ਤੇ ਸ਼ਾਮ ਨੂੰ ਇੱਧਰ ਆ ਕੇ ਇਹ ਸੰਗਤ ਬਿਆਨ ਦੀ ਤੇ ਇਹਨਾਂ ਨਾਲ ਮਤਲਬ ਸੈਲੀਬ੍ਰੇਸ਼ਨ ਕਰਦੇ, ਇਹਨਾਂ ਵੱਲ ਚਾਟ ਵਗੈਰਾ ਵੇਚਦੇ ਹਾਂ। ਪਕੌੜੀਆਂ ਨੂੰ ਕਹਿੰਦੇ ਨੇ ਅਤੇ ਆਪਣਾ ਇਹਦੇ 'ਚ ਬੜਾ ਮਟੀਰੀਅਲ ਹੁੰਦਾ, ਬੜਾ ਸਟਰਗਲ ਹੁੰਦਾ, ਇਹ ਬੜੀ ਹਿੰਮਤ ਹੁੰਦੀ ਹੈ, ਮਿਹਨਤ ਹੁੰਦੀ ਹੈ। ਆਪਾਂ ਦੋ ਤਿੰਨ ਮੈਂ ਅਤੇ ਮੇਰਾ ਪਾਪਾ ਜੀ ਆਪਾਂ ਦੋਨੋਂ ਰੈਡੀ ਕਰਕੇ ਇਹਦਾ ਤਿਆਰ ਕਰਕੇ ਫਿਰ ਵੇਚਣੇ ਹਾਂ ਸ਼ਾਮ ਦੇ ਟਾਈਮ। ਸਵੇਰੇ ਉੱਠਦੇ ਹਾਂ ਅਤੇ ਬਸ ਇਸ ਤੋਂ ਸਟਾਰਟਿੰਗ ਲੈਣੇ ਅਸੀਂ ਅਤੇ ਸ਼ਾਮ ਨੂੰ ਤਿਆਰ ਕੇ ਸ਼ਾਮ ਨੂੰ ਤਾਂ ਗੁਰੂ ਘਰ ਆ ਜਾਂਦੇ ਹਾਂ। ਮਤਲਬ ਰੂਹ ਖੁਸ਼ ਹੁੰਦੀ ਹੈ ਇੱਥੇ ਵੀ ਬੈਠਣ ਦਾ, ਬਹੁਤ ਜ਼ਿਆਦਾ ਆਪਣਾ ਵੀ ਰੂਹ ਖੁਸ਼ ਹੁੰਦਾ ਅਤੇ ਲੋਕਾਂ ਦਾ ਵੀ ਮਨ ਲੱਗ ਜਾਂਦਾ, ਦਰਸ਼ਨ ਵੀ ਹੋ ਜਾਂਦੇ ਅਤੇ ਆਪਣਾ ਵੀ ਬਸ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਇਸ ਵਕਤ ਪਾਕਿਸਤਾਨ ਦੇ ਵਿੱਚ ਮੌਜੂਦ ਹਾਂ, ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਵੀ ਦਰਸ਼ਨ ਕੀਤੇ ਅਤੇ ਇੱਥੇ ਦੇ ਸਿੱਖ ਸੰਗਤ ਦੇ ਨਾਲ ਮੁਲਾਕਾਤ ਕਰ ਰਹੇ ਹਾਂ, ਤੁਹਾਡੇ ਨਾਲ ਰੂਬਰੂ ਕਰਾ ਰਹੇ ਹਾਂ ਅਤੇ ਇੱਥੋਂ ਦੀ ਸਿੱਖ ਸੰਗਤ ਕਿਵੇਂ ਰਹਿ ਰਹੀ ਹੈ, ਕਿਵੇਂ ਆਪਣਾ ਗੁਜ਼ਾਰਾ ਕਰਦੇ ਨੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਮਹਿੰਦਰ ਸਿੰਘ ਜੀ ਨੇ। ਤਾਂ ਇਹਨਾਂ ਨੇ ਜਿਹੜੀ ਹੈ ਆਪਣੀ ਛੋਟੀ ਜਿਹੀ ਇੱਕ ਸਟਾਲ ਲਾਈ ਹੋਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ, ਜਿੰਨੇ ਵੀ ਪੰਜਾਬ ਤੋਂ ਸ਼ਰਧਾਲੂ ਸਿੱਖ ਸੰਗਤ ਆਏ ਹੋਏ ਨੇ ਉਹ ਇੱਥੇ ਆ ਕੇ ਇਹਨਾਂ ਤੋਂ ਇਹ ਛੱਕ ਰਹੇ ਨੇ। ਬਹੁਤ ਸਵਾਦ ਇਹਨਾਂ ਨੇ ਤਿਆਰ ਕੀਤਾ ਹੋਇਆ, ਅਸੀਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੇ ਕਿਵੇਂ ਬਣਾਇਆ, ਕਿੰਨੇ ਟਾਈਮ ਤੋਂ ਇਹ ਕਰ ਰਹੇ ਨੇ ਚਟਨੀਆਂ ਵਗੈਰਾ ਸਾਰਾ ਕੁਛ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ? ਠੀਕ ਹੋ? ਤਬੀਅਤ ਠੀਕ ਹੈ? ਵਾਹਿਗੁਰੂ ਕਿਰਪਾ ਹੈ, ਸ਼ੁਕਰ ਹੈ। ਤੁਸੀਂ ਇੱਥੇ ਕਿੰਨੇ ਟਾਈਮ ਤੋਂ ਰਹਿ ਰਹੇ ਹੋ? ਅਸੀਂ ਤਾਂ ਆਪਾਂ ਇੱਧਰ ਆਪੀ 2-3 ਸਾਲ ਹੋ ਗਏ ਇੱਧਰ ਆਏ ਨਾ, ਔਰ ਪਿਛਲੇ ਪਹਿਲੇ ਪਿਸ਼ਾਵਰ ਮੇਂ ਤੇ ਅੱਛਾ ਉਹ ਵੀ ਹਮ ਇੱਧਰ ਸ਼ਿਫਟ ਹੋ ਗਏ ਹੈਂ, ਉਹ ਬਸ ਇੱਧਰ ਹੀ ਕੰਮ ਵੀ ਕਰਦੇ ਔਰ ਉੱਪਰ ਹਮਾਰਾ ਸਟੋਰ ਵੀ ਹੈ, ਕਰਿਆਨਾ ਸਟੋਰ ਹੈ। ਓਕੇ, ਹਾਂਜੀ, ਬਸ ਦਿਨ ਉਹ ਕਰਦੇ ਅਤੇ ਸ਼ਾਮ ਨੂੰ ਇੱਧਰ ਆ ਕੇ ਇਹ ਸੰਗਤ ਬਿਆਨ ਦੀ ਅਤੇ ਇਹਨਾਂ ਨਾਲ ਮਤਲਬ ਸੈਲੀਬ੍ਰੇਸ਼ਨ ਕਰਦੇ, ਇਹਨਾਂ ਵੱਲ ਚਾਟ ਵਗੈਰਾ ਵੇਚਦੇ ਹਾਂ। ਹੋਰ ਜਿਵੇਂ ਤੁਸੀਂ ਚੀਜ਼ਾਂ ਤਿਆਰ ਕਰਦੇ ਹੋ ਇਹਨੂੰ ਕਹਿੰਦੇ ਕੀ ਹੈ ਅਤੇ ਕੀ? ਪਕੌੜੀਆਂ ਨੂੰ ਕਹਿੰਦੇ ਨੇ ਅਤੇ ਆਪਣਾ ਇਹਦੇ 'ਚ ਬੜਾ ਮਟੀਰੀਅਲ ਹੁੰਦਾ, ਬੜਾ ਸਟਰਗਲ ਹੁੰਦਾ, ਇਹ ਬੜੀ ਹਿੰਮਤ ਹੁੰਦੀ ਹੈ, ਮਿਹਨਤ ਹੁੰਦੀ ਹੈ। ਆਪਾਂ 2-3 ਮੈਂ ਅਤੇ ਮੇਰਾ ਪਾਪਾ ਜੀ ਆਪਾਂ ਦੋਨੋਂ ਰੈਡੀ ਕਰਕੇ ਇਹਦਾ ਤਿਆਰ ਕਰਕੇ ਫਿਰ ਵੇਚਣੇ ਹਾਂ ਸ਼ਾਮ ਦੇ ਟਾਈਮ। ਮਤਲਬ ਕਾਫੀ ਟਾਈਮ ਲੱਗ ਜਾਂਦਾ ਫਿਰ? ਹਾਂਜੀ ਹਾਂਜੀ, ਨਹੀਂ ਬਸ ਸ਼ੁਕਰ ਹੈ ਸੇਲ ਹੋ ਜਾ, ਚੰਗਾ ਭਲਾ ਕੰਮ ਬਾਈ ਦੀ ਕਿਰਪਾ ਹੈ, ਵਧੀਆ ਇੱਧਰ ਆਪਣੇ ਨੂੰ ਬਹੁਤ ਵਧੀਆ। ਮਤਲਬ ਇਹਨੂੰ ਕਾਫੀ ਸਮਾਂ ਲੱਗ ਜਾਂਦਾ ਫਿਰ ਨੂੰ ਤਿਆਰ ਕਰਕੇ? ਸਾਰਾ ਦਿਨ ਲੱਗ ਜਾਂਦਾ, ਸਵੇਰੇ ਉੱਠਦੇ ਹਾਂ ਅਤੇ ਬਸ ਇਸ ਤੋਂ ਸਟਾਰਟਿੰਗ ਲੈਣੇ ਅਸੀਂ ਅਤੇ ਸ਼ਾਮ ਨੂੰ ਤਿਆਰ ਕੇ ਸ਼ਾਮ ਨੂੰ ਤਾਂ ਗੁਰੂ ਘਰ ਆ ਜਾਂਦੇ ਹਾਂ, ਫਿਰ ਆਪਾਂ ਵੇਚਣਾ ਸ਼ੁਰੂ ਕਰ ਸਟਾਰਟ ਕਰਨਾ। ਹੁਣ ਤਾਂ ਸਿੱਖ ਸੰਗਤ ਆਈ ਹੋਈ ਹੈ ਵੀ ਹੋਰ ਵੀ ਸੰਗਤ ਆਈਆਂ ਹੋਈਆਂ ਨੇ ਜਾਂ ਸੰਗਤ ਆਉਂਦੀ ਰਹਿੰਦੀ? ਆਉਂਦੀ ਰਹਿੰਦੀ ਹੈ, ਮਤਲਬ ਹਰ ਮਹੀਨੇ ਬਾਅਦ ਕੋਈ ਇੰਡੀਆ ਤੋਂ ਆਉਂਦਾ, ਕੋਈ ਇੰਗਲੈਂਡ ਤੋਂ ਆਉਂਦਾ, ਕੋਈ ਕਿੱਥੋਂ ਆਉਂਦਾ, ਕੋਈ ਕਿੱਥੋਂ ਆਉਂਦਾ, ਕੋਈ ਸਿੰਧ ਤੋਂ ਆਉਂਦਾ, ਪਾਕਿਸਤਾਨ ਦੇ ਹਰ ਮੁਲਕ ਚੋਂ ਮਤਲਬ ਕੋਈ ਨਾ ਕੋਈ ਆਉਂਦਾ ਰਹਿੰਦਾ ਹੈ, ਆਉਂਦੇ ਆਪਣੇ ਇੱਧਰ ਇੰਜੋਏ ਵੀ ਫੀਲ ਕਰ ਰਹੇ ਅਤੇ ਚੰਗਾ ਵੀ ਲੱਗ ਰਿਹਾ ਇਹਨੂੰ, ਇੱਧਰ ਆਉਣ ਦਾ ਬਹੁਤ ਸਵਾਦ ਆਉਂਦਾ ਹੈ ਪੰਜਾ ਸਾਹਿਬ। ਹਾਂਜੀ, ਮਤਲਬ ਰੂਹ ਖੁਸ਼ ਹੁੰਦੀ ਹੈ ਇੱਥੇ ਵੀ ਬੈਠਣ ਦਾ, ਬਹੁਤ ਜ਼ਿਆਦਾ ਆਪਣਾ ਵੀ ਰੂਹ ਖੁਸ਼ ਹੁੰਦਾ ਅਤੇ ਲੋਕਾਂ ਦਾ ਵੀ ਮਨ ਲੱਗ ਜਾਂਦਾ, ਦਰਸ਼ਨ ਵੀ ਹੋ ਜਾਂਦੇ ਅਤੇ ਆਪਣਾ ਵੀ ਬਸ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਅਤੇ ਆਪਾਂ ਜੀ ਜਿਵੇਂ ਇਹ ਚੀਜ਼ਾਂ ਨੇ ਚਟਨੀਆਂ ਵਗੈਰਾ ਨੇ ਜਾਂ ਹੋਰ ਕੀ ਕੁਛ ਨੇ ਤੁਸੀਂ ਇਹ ਜੇ ਇਹਨੂੰ ਕਿਸ ਕੋਈ ਬਣਾਉਣਾ ਰੈਸਪੀ ਕੀ ਹੈ? ਅਸੀਂ ਬਸ ਸਿਰਫ ਦਹੀਂ ਪਕੌੜੇ ਲੈ ਕੇ, ਬਾਕੀ ਸੰਬੋਸੀ ਵੀ ਲੈ ਕੇ ਆਉਂਦੇ ਹਾਂ ਅਤੇ ਟਿੱਕੀ ਲੈ ਕੇ, ਆਲੂ ਟਿੱਕੀ ਅਤੇ ਨਾਲ ਛੋਲੀ ਵੀ ਲੈਂਦੇ ਹਾਂ। ਅਸੀਂ ਸਾਡੇ ਕੋਲ ਟਾਈਮ ਸ਼ਾਰਟ ਸੀ, ਸਿਰਫ ਅਸੀਂ ਦਹੀਂ ਪਕੌੜੀਆਂ ਲੈ ਕੇ ਆਏ ਹਾਂ।
ਕਿਉਂਕਿ ਸਿੱਖ ਸੰਗਤ ਵੀ ਸ਼ੁਕਰ ਹੈ ਬਹੁਤ ਆਈ ਹੈ, ਇੰਡੀਆ ਤੋਂ ਵੀ ਜੱਥਾ ਹੈ ਆਪਣਾ, ਇੰਗਲੈਂਡ 'ਚ ਵੀ ਆਇਆ, ਬਾਕੀ ਵਿਦੇਸ਼ਾਂ ਤੋਂ ਵੀ ਆਇਆ, ਅਤੇ ਬਸ ਇਹਨੂੰ ਅਸੀਂ ਸਿਰਫ ਅਸੀਂ ਦਹੀਂ ਪਕੌੜੀਆਂ ਜਲਾਇਆ। ਦਹੀਂ ਪਕੌੜੀਆਂ ਜਲਾਇਆ। ਕੋਈ ਸੁਨੇਹਾ ਦੇਣਾ ਚਾਹੋਗੇ ਤੁਸੀਂ ਇਹ ਕੰਮ ਕਰ ਰਹੇ ਹੋ ਨਾਲ, ਹਿੰਮਤ ਨਹੀਂ ਹਾਰ ਦੇਣਾ, ਸ਼ੁਕਰਾਨਾ ਮਹਾਰਾਜ ਦਾ ਕਰਦੇ ਰਹਿੰਦੇ ਹੋ? ਗੁਰੂ ਸਾਹਿਬ ਦੀ ਬੜੀ ਕਿਰਪਾ ਹੈ, ਬਹੁਤ ਕਿਰਪਾ ਹੈ, ਅਸੀਂ ਬਸ ਦੱਸ ਹੀ ਚਾਹੀਦਾ ਅਸੀਂ ਜਿੰਨੇ ਸ਼ੁਕਰਾਨਾ ਕਰੀ ਘੱਟ ਹੈ, ਬਹੁਤ ਜ਼ਿਆਦਾ ਘੱਟ ਹੈ। ਗੁਰੂ ਸਾਹਿਬ ਜੀ ਸਾਡੀ ਬੜੀ ਸਾਡੀ ਦੀ ਕਿਰਪਾ ਹੈ, ਬਹੁਤ ਕਿਰਪਾ ਹੈ ਗੁਰੂ ਸਾਹਿਬ ਜੀ, ਅਸੀਂ ਤਾਂ ਸ਼ੁਕਰ ਅਦਾ ਹੀ ਨਹੀਂ ਕਰ ਸਕਦੇ, ਅਸੀਂ ਜਿੰਨਾ ਮਰਜ਼ੀ ਕਰ ਸਕੀ ਪ੍ਰਦਾਨ ਨਹੀਂ ਕਰ ਸਕਦੇ, ਸਾਡੇ ਸਾਹਿਬ ਤਾਂ ਗੁਰੂ ਸਾਹਿਬ ਬੜੀ ਸਾਡੇ ਕਿਰਪਾ ਹੈ, ਬਹੁਤ ਕਿਰਪਾ। ਬਹੁਤ ਸ਼ੁਕਰੀਆ ਮਹਿੰਦਰ ਸਿੰਘ ਜੀ ਸਾਡੇ ਨਾਲ ਸੀਗੇ, ਬਹੁਤ ਧੰਨਵਾਦ। ਤਾਂ ਇਹਨਾਂ ਨੇ ਇੱਕ ਛੋਟੀ ਜਿਹੀ ਸਟਾਲ ਜਿਹੜੀ ਆਪਣੀ ਇੱਥੇ ਲਾਉਂਦੇ ਨੇ, ਕਹਿੰਦੇ ਨੇ ਕਿ ਗੁਰੂ ਸਾਹਿਬ ਦੀ ਬਹੁਤ ਸਾਰੀ ਕਿਰਪਾ ਹੈ, ਪੰਜਾ ਸਾਹਿਬ ਦੇ ਵਿੱਚ ਜਦੋਂ ਵੀ ਸ਼ਾਮ ਨੂੰ ਆਉਂਦੇ ਨੇ ਸੰਗਤ ਦੂਤ ਡਾਡੇ ਤੋਂ ਆਉਂਦੀ ਹੈ, ਤਾਂ ਇਹ ਬਹੁਤ ਸਾਰੀਆਂ ਚੀਜ਼ਾਂ ਬਣਾਉਂਦੇ ਹੀ ਪਕੌੜੀਆਂ ਜਿਹੜਾ ਨਾਮ ਰੱਖਿਆ ਹੋਇਆ, ਤਾਂ ਇਹ ਆਪ ਹੱਥੀਂ ਤਿਆਰ ਕਰਦੇ ਹਨ, ਸਵੇਰ ਤੋਂ ਲੈ ਕੇ ਸ਼ਾਮ ਤੱਕ ਤਿਆਰ ਕਰਕੇ ਇੱਥੇ ਪਹੁੰਚਦੇ ਨੇ, ਫਿਰ ਵੇਚਦੇ ਨੇ, ਹੋਰ ਵੀ ਬਹੁਤ ਸਾਰੇ ਹੁੰਦੇ ਨੇ। ਤਾਂ ਇਹ ਤੁਹਾਡੇ ਨਾਲ ਤਸਵੀਰ ਸੀਗੀ ਸਾਂਝੀ ਕੀਤੀ ਹੈ ਪੰਜਾ ਸਾਹਿਬ ਗੁਰਦੁਆਰੇ ਤੋਂ ਵਿੱਚ, ਅੱਜ ਸਾਂਝੀ ਕਰਿਓ, ਧੰਨਵਾਦ।